ਤੁਸੀਂ ਗੱਲ ਖਾਲਿਸਤਾਨ ਦੀ ਅਤੇ ਸਿੱਖਾਂ ਦੀ ਕਰਦੇ ਹੋ, ਪੰਜਾਬ ਦੇ ਵਿੱਚ ਵੋਟ ਸ਼ੇਅਰ 38% ਦੇ ਕਰੀਬ ਹਿੰਦੂਆਂ ਦਾ ਵੀ ਹੈ, ਅਤੇ 38% ਵੋਟ ਨੂੰ ਪਾਸੇ ਰੱਖ ਕੇ ਬਾਕੀ ਨਾਲ ਚੋਣ ਕਿਵੇਂ ਜਿੱਤ ਸਕਦੀ ਹੈ ਕੋਈ ਵੀ ਪਾਰਟੀ ਜੇ ਇੱਕ ਸਿੱਖਾਂ ਦੇ ਮੁੱਦੇ ਨੂੰ ਲੈ ਕੇ ਚੱਲਦੀ? ਨਹੀਂ ਸਿੱਧੂ ਸਾਹਿਬ, ਇਹ ਤਾਂ ਤੁਸੀਂ ਡੀਮੋਰਲਾਈਜ਼ ਕਰਨ ਦੀਆਂ ਗੱਲਾਂ ਕਰਦੇ ਹੋ। ਹੁਣ ਇਹ ਨਾਗਾਲੈਂਡ ਦੇ ਵਿੱਚ ਈਸਾਈ ਹੈਗੇ ਹੈ, ਮੀਜ਼ੋਲੈਂਡ ਦੇ ਵਿੱਚ ਈਸਾਈ ਹੈਗੇ ਹੈ, ਕਸ਼ਮੀਰ ਦੇ ਵਿੱਚ ਮੁਸਲਮਾਨ ਹੈ, ਪੰਜਾਬ ਦੇ ਵਿੱਚ ਸਿੱਖ ਨੇ, ਅਤੇ ਅਸਾਮ ਦੇ ਵਿੱਚ ਜਿਹੜੇ ਇੰਡੀਆ ਦੇ ਸੈਂਟਰਲ ਦੇ ਸੂਬੇ ਹੈਗੇ ਆ, ਛੱਤੀਸਗੜ੍ਹ, ਮੱਧਿਆ ਪ੍ਰਦੇਸ਼, ਮਹਾਰਾਸ਼ਟਰਾ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਆਦਿਵਾਸੀਆਂ ਦੀ ਹੈ ਜਿਹੜੇ ਹਿੰਦੂ ਨਹੀਂ ਹੈ। ਤਾਂ ਮੇਰਾ ਮਤਲਬ ਫਿਰ ਇਹ ਹਿੰਦੂ ਨੂੰ ਆਪਾਂ ਰਾਜ ਕਿਉਂ ਦੇ ਰਹੇ ਹਾਂ? ਜਿਹੜੇ ਆਪਣੇ ਰਨਰੇਟੇ ਸਿੱਖ ਹੈ ਉਹ ਹਿੰਦੂ ਨਹੀਂ ਹੈ, ਅਤੇ ਇੰਨੀ ਉਹਨਾਂ ਦੀ ਤਾਦਾਦ ਹੈ, ਤਾਂ ਫਿਰ ਹਿੰਦੂ ਸਾਡੇ ਉੱਤੇ ਰਾਜ ਕਿਉਂ ਕਰ ਰਿਹਾ? ਬ੍ਰਾਹਮਣ, ਅੱਜ ਮਾਇਆਵਤੀ ਜੀ ਵੀ ਕਹਿੰਦੇ ਆ ਕਿ ਅਸੀਂ ਬ੍ਰਾਹਮਣਾਂ ਕੋਲ ਜਾਣਾ। ਬ੍ਰਾਹਮਣਾਂ ਨੇ ਜੋ ਕੁਛ ਜ਼ੁਲਮ ਮਨੁੱਖਤਾ ਦੇ ਉੱਤੇ ਕੀਤਾ ਹੈ, ਉਹਦੇ ਕੋਲ ਕਾਂਛੀ ਰਾਮ ਜੀ ਦੀ ਬਣਾਈ ਹੋਈ ਪਾਰਟੀ ਦੀ ਅੱਗੇ ਮੋਤਬੇਰ ਕਹੇ ਕਿ ਮੈਂ ਬ੍ਰਾਹਮਣਾਂ ਨੂੰ ਲੈਣਾ, ਕਿ ਬ੍ਰਾਹਮਣ ਸਾਨੂੰ ਨਹੀਂ ਲੈ ਸਕਦੇ? ਅਸੀਂ ਬ੍ਰਾਹਮਣਾਂ ਨੂੰ ਕਿਉਂ ਲੈ ਕੇ ਆਈਏ ਜਿਨ੍ਹਾਂ ਨੇ ਸਾਡੇ 'ਤੇ ਸਦੀਆਂ ਤੋਂ ਜ਼ੁਲਮ ਕੀਤਾ ਹੈਗਾ? ਕੰਨਾਂ 'ਚ ਸਾਡੇ ਅੱਜ ਇਹ ਆਹ ਤਾਂਬਾ ਢਾਲ ਕੇ ਪਾਤਾ, ਜਿੱਬਾਂ ਸਾਡੀਆਂ ਕੁਤਰਤੀਆਂ। ਤਾਂ ਮੇਰਾ ਮਤਲਬ ਹੈ ਇਹ ਜਿਹੜੀ ਪੁੱਠੀ ਗੱਲ ਕਰ ਰਹੇ ਹੈ, ਅਸੀਂ ਉਹਦੇ ਖਿਲਾਫ ਹੈ। ਐਂ ਨਾ ਕਹੋ ਕਿ ਖਾਲਿਸਤਾਨ ਦੇ ਵਿੱਚ ਇੰਨੇ ਪਰਸੈਂਟ ਇਹ ਹੈ, ਇਹ ਇੰਨੇ ਪਰਸੈਂਟ ਹੈ। ਤੁਸੀਂ ਦੱਸੋ ਕਿ ਸਾਰੇ ਪਰਸੈਂਟ ਹਿੰਦੂ ਹੈ ਇੰਡੀਆ ਦੇ ਵਿੱਚ, ਅਤੇ ਫਿਰ ਹਿੰਦੂ ਕਿਉਂ ਉਹਨਾਂ ਦੇ ਉੱਤੇ ਰਾਜ ਕਰ ਰਿਹਾ? ਅੱਜ ਕਸ਼ਮੀਰ ਨੂੰ ਕਿਉਂ ਤੋੜ ਕੇ ਰੱਖਤਾ ਹਿੰਦੂ ਨੇ? ਉਹ ਮੁਸਲਮਾਨਾਂ ਦਾ ਸੂਬਾ ਹੈ, ਉਹਨਾਂ ਨੂੰ ਸੰਵਿਧਾਨਕ ਹੱਕ ਮਿਲੇ ਹੋਏ ਹੈ ਆਰਟੀਕਲ 370-35A, ਅਤੇ ਉਹਨਾਂ ਦੇ ਉੱਤੇ ਇਹੋ ਜਿਹੇ ਜ਼ਾਲਮ ਕਾਨੂੰਨ ਠੋਕਤੇ ਆ ਆਫਸਵਾ, ਜਿਹਦੇ ਉੱਤੇ ਸਿਕਿਉਰਿਟੀ ਫੋਰਸਿਸ ਅਤੇ ਫੌਜ ਫੜ ਕੇ ਮਾਰ ਸਕਦੀ ਹੈ, ਜਬਰ ਜਨਾਹ ਕਰ ਸਕਦੀ ਹੈ, ਲੱਤਾਂ ਤੋੜ ਸਕਦੀ ਹੈ, ਪਰ ਉਹਦੀ FIR ਹੀ ਨਹੀਂ ਲਿਖੀ ਜਾ ਸਕਦੀ। ਅਤੇ ਇਹ ਸਾਰੇ ਕਾਨੂੰਨ ਸੰਵਿਧਾਨ ਦੇ ਖਿਲਾਫ਼ ਹੈ, ਅਤੇ ਸੁਪਰੀਮ ਕੋਰਟ ਦੇ ਵਿੱਚ ਵੀ ਸਾਰੇ ਹਿੰਦੂ ਹੈਗੇ ਹੈ। ਉਹਨਾਂ ਨੂੰ ਦਿਖਦਾ ਕਿ ਜੇ ਅਸੀਂ ਸੰਵਿਧਾਨ ਦੇ ਰਖਵਾਲੇ ਹੈ, ਅਤੇ ਇਹੋ ਜਿਹੇ ਜ਼ਾਲਮ ਉੱਥੇ ਕਾਨੂੰਨ ਚੱਲ ਰਹੇ ਆ ਕਸ਼ਮੀਰ ਦੇ ਵਿੱਚ, ਕਿ ਉਹਨਾਂ ਨੂੰ ਅਸੀਂ ਰੱਦ ਨਹੀਂ ਕਰ ਸਕਦੇ? ਮੇਰਾ ਮਤਲਬ ਸਾਰੀਆਂ ਹਾਈਕੋਰਟਾਂ ਦੇ ਵਿੱਚ ਹਿੰਦੂ ਨੇ, ਫਿਰ ਪਾਰਲੀਮੈਂਟ ਦੇ ਵਿੱਚ ਮਜੋਰਿਟੀ ਹਿੰਦੂਆਂ ਦੀ ਹੈ, ਰਾਜਿਆ ਸਭਾ ਦੇ ਵਿੱਚ ਇਹਨਾਂ ਦੀ ਹੈ, ਇਲੈਕਸ਼ਨ ਕਮਿਸ਼ਨ ਦੇ ਵਿੱਚ ਕੋਈ ਸਿੱਖ ਨਹੀਂ ਹੈ। ਤਾਂ ਫਿਰ ਅਸੀਂ ਜਾਈਏ ਕਿੱਥੇ? ਨਾ ਕੈਬਨਿਟ ਨਵੀਂ ਬਣਾਈ ਹੈ ਮੋਦੀ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਮੈਂ ਪਿੰਡਾਂ ਦੇ ਗਰੀਬ ਆਦਮੀ ਲਏ ਹੈ, ਪਰ ਦੱਸਣ ਕਿ ਇੱਕ ਵੀ ਸਿੱਖ ਲਿਆ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ? ਹੁਣ ਸਿੱਖ ਦਿੱਲੀ ਕਿਹਦੇ ਕੋਲ ਜਾਊਗਾ ਜੇ ਸਾਨੂੰ ਰੋਸ ਹੋਊਗਾ? ਤੁਸੀਂ ਦੱਸੋ, ਕਾਂਛੀ ਰਾਮ ਜੀ ਸੀਗੇ, ਉਹਨਾਂ ਕੋਲ ਚਲੇ ਜਾਈਦਾ ਸੀ ਜੇ ਕੋਈ ਤਕਲੀਫ ਹੁੰਦੀ ਸੀਗੀ, ਪਰ ਅੱਜ ਸਿੱਖਾਂ ਦੇ ਕੋਈ ਨੁਮਾਇੰਦਾ ਹੀ ਨਹੀਂ ਹੈਗਾ ਦਿੱਲੀ ਦੇ ਵਿੱਚ ਜਿਹਦੇ ਕੋਲ ਆਪਾਂ ਜਾ ਸਕੀਏ। ਗਿਆਨੀ ਜ਼ੈਲ ਸਿੰਘ ਤੁਸੀਂ ਕਹਿ ਦੋਗੇ ਉਹ ਤਾਂ ਜੀ ਪ੍ਰੈਜੀਡੈਂਟ ਬਣਾ ਤੇ ਸੀਗੇ, ਪਰ ਉਸੇ ਪ੍ਰੈਜੀਡੈਂਟ ਨੇ ਸਾਡੀ ਆਜ਼ਾਦੀ ਦੇ ਖਿਲਾਫ਼ ਦਸਤਖਤ ਕਰਾ ਕੇ ਬਰਤਾਨੀਆ ਦੀ, ਰੂਸ ਦੀ ਅਤੇ ਇੰਡੀਆ ਦੀ ਫੌਜ ਦਰਬਾਰ ਸਾਹਿਬ ਦੇ ਵਿੱਚ ਵਾੜਤੀ। ਫਿਰ ਕਹੋਗੇ ਮਨਮੋਹਨ ਸਿੰਘ ਤੁਹਾਡਾ ਪ੍ਰਾਈਮ ਮਿਨਿਸਟਰ ਸੀਗਾ, ਮਨਮੋਹਨ ਸਿੰਘ ਇਹ ਕਸ਼ਮੀਰ, ਇਹ ਫਰਾਂਸ ਕਈ ਵਾਰੀ ਗਿਆ ਹੈ, ਫਰਾਂਸ ਤੋਂ ਬਹੁਤ ਅਸਲਾ ਇੰਡੀਆ ਕੋਲ ਆਉਂਦਾ ਹੈ। ਅਸੀਂ ਕਿਹਾ ਕਿ ਮਨਮੋਹਨ ਸਿੰਘ ਜੀ ਉੱਥੇ ਪਾਬੰਦੀ ਹੈ ਸਾਨੂੰ ਦਸਤਾਰ ਬੰਨ੍ਹਣ ਦੀ, ਸਾਨੂੰ ਉਹ ਤਾਂ ਲੈ ਦਿਓ, ਉੱਥੇ ਚੁੱਪ ਕਿਉਂ ਕਰਕੇ? ਜਿੰਨੇ ਵੀ ਸਿੱਖ ਹੋਣਗੇ ਹਿੰਦੂ ਰਾਸ਼ਟਰ ਦੇ ਵਿੱਚ, ਉਹਨਾਂ ਨੂੰ ਹਿੰਦੂ ਰਾਸ਼ਟਰ ਦੀ ਪੋਲਿਸੀ ਅਖਤਿਆਰ ਕਰਨੀ ਪੈਂਦੀ ਹੈ ਅਤੇ ਚਲਾਉਣੀ ਪੈਂਦੀ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮੁਸਲਮਾਨ ਫਕੀਰ ਉਜ਼ੀਨ ਸਾਡੇ ਫੋਰਨ ਮਿਨਿਸਟਰ ਸੀਗੇ, ਸਾਡੇ ਇਕਨੋਮਿਕ ਫਾਈਨੈਂਸ ਮਿਨਿਸਟਰ ਹਿੰਦੂ ਸੀਗੇ, ਜਰਨੈਲ ਹਿੰਦੂ ਸੀਗੇ, ਪਰ ਉਹਨਾਂ ਨੂੰ ਪੋਲਿਸੀ ਤਾਂ ਸਿੱਖ ਸਟੇਟ ਦੀ ਚਲਾਉਣੀ ਪੈਂਦੀ ਸੀ ਨਾ। ਹੁਣ ਮੈਨੂੰ ਤੁਸੀਂ ਵਜ਼ੀਰ ਬਣਾ ਦਿਓ, ਪਰ ਮੈਂ ਪੋਲਿਸੀ ਤਾਂ ਹਿੰਦੂ ਦੀ ਚਲਾਊਂਗਾ ਨਾ ਉੱਥੇ ਬੈਠ ਕੇ, ਸਿੱਖ ਦੀ ਤਾਂ ਨਹੀਂ ਮੈਂ ਚਲਾ ਸਕਦਾ, ਫਿਰ ਸਿੱਖ ਕੋਈ ਹੈ ਹੀ ਨਹੀਂ ਸਾਡਾ ਗਵਰਨਮੈਂਟ ਦੇ ਵਿੱਚ।